ਤੇਰੀ ਮਸਲਾ ਹੱਲ ਹੋਊਗਾ ਜੇ ਤੂੰ ਦੱਸੇਗਾ ਵੀ ਮੈਨੂੰ ਆਹ ਘਰੋਂ ਤਕਲੀਫ ਆ, ਤਾਂ ਘਰਦਿਆਂ ਨੂੰ ਵੀ ਪਤਾ ਲੱਗੂਗਾ ਤੈਨੂੰ ਜੇ ਤਕਲੀਫ ਆ ਕੋਈ ਵੀ ਬਾਹਰ ਸਾਡੇ ਖਤਰ ਚੜ੍ਹਦਾ ਉੱਪਰ ਇੱਥੇ ਆ ਕਿਹੜਾ ਮਸਲਾ ਕੋਈ ਹੱਲ ਨੀ ਹੋਣਾ ਤੇਰਾ। ਉਹਨੂੰ ਦੱਸ ਮੈਂ ਕਿਸੇ ਕੀ ਤਕਲੀਫ ਆ ਦੁਗਰੀ ਥਾਣਾ ਟੈਂਕੀ ਦੇ ਹੱਲ ਹੋ ਜਾਊਗਾ। ਦੇਖੋ ਜੀ ਮੈਂ ਕੀ ਕਰਾਂ, ਮੈਂ ਤਾਂ ਪਾਣੀ ਆਤਮਹੱਤਿਆ ਕਰਨ ਲਈ ਨਹੀਂ, ਮੈਂ ਜੋ ਮਰਜ਼ੀ ਹੈ ਚਲੋ ਇੱਕ ਵਾਰੀ ਤੇ ਹੁੰਦਾ ਨਹੀਂ। ਕਹਿੰਦੇ ਪਹਿਲਾਂ ਵੀ ਤੁਸੀਂ ਚੜੇ ਸੀ ਇੱਕ ਦਿਨ, ਪਹਿਲਾਂ ਵੀ ਤੁਸੀਂ ਚੜਿਆ ਸੀ, ਉਦੋਂ ਨਹੀਂ ਹੱਲ ਹੋਇਆ ਤੁਹਾਡਾ? ਨਹੀਂ ਉਦੋਂ ਨਹੀਂ ਹੱਲ ਹੋਇਆ। ਕੀ ਉਦੋਂ ਕੀ ਕਹਿੰਦੇ ਸੀ? ਕਸਟਮਰ ਮਾਰਕੀਟ ਵਾਲੀ ਪੁਲਿਸ ਆਈ ਹੈਗੀ, ਉਹ ਲੈ ਕੇ ਗਈ ਸੀ ਮੈਨੂੰ ਟੁਕੜੀ ਥਾਣੇ, ਉਹਨਾਂ ਨੇ ਕੰਪਲੇਂਟ ਨਹੀਂ ਲਿਖੀ ਮੇਰੀ। ਅੱਛਾ, ਮੁਨਸੀ ਨੇ ਉੱਥੇ ਅੱਧਾ ਘੰਟਾ ਬੈਠਾ ਰਿਹਾ। ਅੱਛਾ, ਪਹਿਲਾਂ ਉਹਨੇ ਐਸਐਚਓ ਕੋਲ ਲੱਗੇ ਕੇ ਐਸਐਚਓ ਕੋਲੇ, ਉਹ ਕਹਿੰਦਾ ਲਵਾਓ ਕੀ ਕੋਈ ਹਰਦੀ ਜੀ ਲਿਖਾਓ, ਉਹਨੇ ਲਿਖੀ ਨੀ ਮੁਨਸੀ ਨੇ। ਫਿਰ ਨਾਲ ਬੰਦਾ ਬੈਠਾ ਸੀ ਉਹਨੇ ਲਿਖੀ, ਫਿਰ ਮੈਂ ਉਹਨੂੰ ਦੱਸਿਆ ਪ੍ਰਾਪਰਟੀ ਡੀਲਰ ਨੇ ਮੈਂ ਪੁਰਾਣੀ ਫੋਟੋ ਜਿਹੜੀ ਲੈ ਕੇ ਅਸਲ ਆਪਣੇ ਨਾਮ ਲਵਾ ਲਈ ਆਪਣੇ ਘਰ ਦੇ। ਕਿੱਥੇ ਜਗ੍ਹਾ ਜਿਹੜੀ ਹੈਗੀ? ਮੇਰੀ ਸ਼ੇਖ ਕਲੋਨੀ ਗਲੀ ਨੰਬਰ 3 ਬੱਚਾ ਜੀ, 200 ਗਜ਼ ਦਾ ਪਲਾਟ ਆ, ਉਹ ਮੈਨੂੰ ਇਸੇ 'ਚ ਮਿਲਿਆ ਸੀ। ਅੱਛਾ, ਕਿਹਾ ਮੇਰਾ ਬਿਜ਼ਨਸ ਤਾਂ ਹੈ ਨਹੀਂ, ਅਤੇ ਕੱਲ੍ਹ ਮੈਨੂੰ ਡੀਲਰ ਮਿਲਿਆ ਸੀਗਾ, ਮੈਂ ਕਿਹਾ ਮੈਨੂੰ ਪੁਰਾਣੇ ਕਾਗਜ਼ ਦੇ ਦੇ, ਕਹਿੰਦਾ ਤੈਨੂੰ ਕਿਹੜੇ ਕਾਗਜ਼ ਦੇਵਾਂ? ਡੀਲਰ ਨੇ ਧੋਖਾ ਤੁਹਾਡੀ ਕੀਤਾ? ਹਾਂ, ਡੀਲਰ ਨੇ ਕੁਝ ਦਿੱਤਾ। ਅੱਛਾ, ਉਹ 12 ਸਾਲ ਮੇਰਾ ਮਕਾਨ ਵਿਖਾਉਂਦਾ ਰਿਹਾ ਵਾ, ਮੈਂ 100 ਗਜ਼ ਮੰਗਵਾਉਂਦਾ ਸੀ ਆਪਣਾ, ਮੈਂ 200 ਦਾ ਵੇਚ ਨਹੀਂ ਸਕਦਾ ਮੇਰੇ ਡੈਡੀ ਦਾ ਨਾਮ ਵਿੱਚ।
ਤੇ ਉਹਨੇ ਪੁਰਾਣੀ ਫੋਟੋ ਜਿਹੜੀ ਲੈ ਲਈ, ਕਹਿੰਦਾ ਤੇਰਾ 5 ਲੱਖ ਇਹਨਾਂ ਸੀ ਮਾਫ ਕਰਾ ਦਿੰਦੇ ਆ, ਤੇਰਾ ਫਾਇਦਾ ਹੀ ਕਰਾਂਗੇ ਨੁਕਸਾਨ ਨਹੀਂ ਕਰਦੇ। ਉਹਨੇ ਲੈ ਲਈ ਗੱਲਾਂ ਚ ਆ ਗਏ। ਹਾਂਜੀ ਮੈਂ ਗੱਲਾਂ ਚ ਆ ਗਿਆ, ਮੈਂ ਕਿਹਾ ਤੇਰਾ ਗਵਾਂਢੀ ਹੈਗਾ ਵਾ, ਇਹਨੇ ਕਿਹੜਾ ਕੋਈ ਪਾਉਣਾ ਵਾ, ਤੇ ਮੈਂ ਤਾਂ ਕਦੇ ਨਵੀਂ ਨਹੀਂ ਸੀ ਦਿੰਦਾ ਉਹ ਡੀਲਰ ਨੂੰ, ਚੱਲ ਗਵਾਂਢੀ ਕਰਕੇ ਮੈਂ ਪੁਰਾਣੀ ਦੇ ਦਿੱਤੀ। ਤੇ ਉਹਨੇ ਉਹ ਨਕਲ ਤੋਂ ਆਪਣੀ ਘਰਵਾਲੀ ਦੇ ਨਾਲ ਅਸਲ ਬਣਾ ਤੀ। ਫਿਰ ਮੈਂ ਫਤਿਹ ਕਢਾ ਕੇ ਆ। ਮਾਂ ਬਾਪ ਕਿੱਥੇ ਨੇ? ਇੱਕ ਮਿੰਟ ਮਾਂ, ਮੇਰੇ ਮੰਮੀ ਜਿਹੜੇ ਪਿਆਸ ਰਹਿੰਦੇ ਸੀ, ਪਿਆਸ ਪਿਆਸ ਰਹਿੰਦੇ। ਹਾਂਜੀ ਫਤਿਹ ਕਢਵਾਈ, ਉਹਨਾਂ ਦੇ ਵਿੱਚ ਇੰਤਕਾਲ ਹੋਇਆ ਨਾ, ਮੈਂ ਮਾਲਕ ਮਾਨ ਨੂੰ ਪਤਾ ਵਾ ਮਕਾਨ ਵੇਚਿਆ ਨਹੀਂ, 420 ਦੇ ਵਿੱਚ ਮੈਨੂੰ ਰਿਸ਼ਤੇ ਉਹਨੇ ਕਰਾਈ ਆ। ਹੁਣ ਕੀ ਮੰਗ ਹੈ? ਹੁਣ ਮੇਰੀ ਮੰਗ ਇਹ ਆ ਮੇਰਾ ਮਕਾਨ ਮੇਰੇ ਦਸ ਵਾਲੇ ਹੋ ਜਾਵੇ, ਉਹ ਜਿਹੜਾ ਇੰਤਕਾਲ ਚੜਿਆ ਰੱਦ ਹੋ ਜਾਵੇ। ਤੇ ਹੁਣ ਟੈਂਕੀ ਤੇ ਚੜੇ ਸੀ ਕੀ ਆਸ਼ਾ? ਮੈਂ ਇਹ ਹਾਲੇ ਤੋਂ ਹੋਇਆ ਸੀ। ਅੱਛਾ, ਉਹ ਤਾਂ ਮੇਰੀ ਸੁਣਾਈ ਨਹੀਂ ਹੋ ਰਹੀ ਸੀ। ਹਾਂ, ਤੇ ਆਤਮ ਹੱਤਿਆ ਕਰ ਲੈਣੀ ਸੀ ਜੇ ਨਹੀਂ? ਮੈਂ ਪਾਣੀ ਦੀ ਛਾਲ ਮਾਰਨੀ ਸੀ। ਅੱਛਾ, ਉੱਪਰ ਸਭ ਤੋਂ। ਤੇ ਹੁਣ ਕਿਹੜੀ ਪੁਲਿਸ ਆਈ ਹੈ ਤੁਹਾਨੂੰ ਕੀ ਆਸ਼ਵਾਸਨ ਦੇ ਰਹੀ? ਹੁਣ ਮੈਨੂੰ ਇਹ ਨਹੀਂ ਪਤਾ ਕੁਛ ਮਾਰਕੀਟ ਦੇ ਹੋਣੇ ਆ। ਹਾਂ, ਕੀ ਕਹਿੰਦੇ? ਉਹ ਕੁਛ ਪਹਿਲਾਂ ਕੋਚ ਮਾਰਕੀਟ ਦੇ ਦੋ ਸਿੱਕੇ ਬੰਦੇ, ਉਹ ਮੈਨੂੰ ਇੱਥੋਂ ਲੈ ਕੇ ਤੇ ਦੁਗਰੀ ਥਾਣੇ, ਜਿਹੜਾ SHO ਸੀਗਾ ਇੱਥੋਂ ਦਾ ਕੁਛ ਮਾਰਕੀਟ ਦਾ, ਉਹਨੇ ਉਹਨੂੰ ਫੋਨ ਕਰਤਾ, ਮੈਨੂੰ ਫਿਰ ਮੋਟਰਸਾਈਕਲ ਲੈ ਗਏ ਸੀਗੇ। ਫਿਰ ਉੱਥੇ ਮੈਨੂੰ ਮੇਰੀ ਕੋਈ ਨਹੀਂ ਉਹਨਾਂ ਨੇ ਸੁਣੀ। ਫਿਰ ਦੁਬਾਰਾ ਮੈਂ ਫਰਦ ਲੈ ਕੇ ਗਿਆ, ਮੈਂ ਕਿਹਾ ਉਹਨਾਂ ਦਾ ਇੰਤਕਾਲ ਹੋ ਗਿਆ, ਤੇ ਉਹਨਾਂ ਨੇ ਦੇਖ ਲਿਆ। ਫਿਰ ਮੈਡਮ ਕਹਿੰਦੀ ਤੁਸੀਂ ਜਾ ਕੇ ਕਚਹਿਰੀ ਲਾਓ। ਫਿਰ ਮੈਂ ਉੱਥੇ ਤਹਿਸੀਲਦਾਰ ਕੋਲ ਵੀ 3 ਵਾਰੀ ਗਿਆ ਵਾਂ। ਪਹਿਲੀ ਵਾਰੀ ਗਿਆ, ਕਹਿੰਦਾ ਤੂੰ ਫਤਿਹ ਕਢਾ ਲੈ ਇੰਤਕਾਲ ਨਹੀਂ ਚੜੂਗਾ। ਦੂਜੀ ਵਾਰੀ ਗਿਆ, ਕਹਿੰਦਾ SDO ਕੋਲ ਜਾਓ। ਤੀਜੀ ਵਾਰੀ ਗਿਆ, ਕਹਿੰਦਾ ਮੈਂ ਕੀ ਕਰਾਂ। ਫਿਰ ਪਟਵਾਰੀ ਕੋਲ 2 ਵਾਰੀ ਗਿਆ ਦੁਗਰੀ, ਮੈਂ ਕਿਹਾ ਵੀ ਇੰਤਕਾਲ ਨਾ ਹੋਵੇ ਉਹਦਾ, ਉਹ ਹੱਸ ਕੇ ਚਾਰ ਦਿੰਦਾ। ਕਹਿੰਦਾ ਕਿੱਥੇ ਚੜਿਆ ਇੰਤਕਾਲ? ਪੁਲਿਸ ਨੇ ਥੱਲੇ ਉਤਾਰਿਆ, ਕੀ ਕਹਿ ਕੇ ਉਤਾਰਿਆ? ਹਾਂਜੀ, ਪੁਲਿਸ ਨੇ ਥੱਲੇ ਉਤਰਵਾਇਆ, ਕਹਿੰਦੇ ਤੇਰਾ ਮਸਲਾ ਹੱਲ ਹੋ ਜਾਊਗਾ। ਮੇਰਾ ਇਹੀ ਮਸਲਾ ਹੱਲ ਆ, ਜਿਹੜੀ 420 ਦੇ ਬੱਚੋਂ ਨੇ ਚੰਨ ਪ੍ਰਾਪਰਟੀ ਲੈਣੇ ਰਜਿਸਟਰੀ ਕਰਾਈ ਆ, ਉਹ ਰੱਦ ਹੋ ਜਾਵੇ, ਇੰਤਕਾਲ ਉਹਦਾ ਮਿਟ ਜਾਵੇ। ਮੰਡੀ ਨਾਲ ਪ੍ਰਾਪਰਟੀ ਡੀਲਰ ਨਾਲ ਕੋਈ ਹੈ? ਬਾਕੀ ਪੁੱਛਗਿੱਛ ਕਰਦੇ ਆ, ਦੇਖਦੇ ਆ। ਤੇ ਕੀ ਸੁਸਾਈਡ ਕਰਨ ਲਈ ਚੜਿਆ ਸੀ? ਮਾ ਸੁਸਾਈਡ ਕਰਨ ਲਈ ਚੜਿਆ? ਕਿੱਥੇ ਦਾ ਬੰਦਾ ਜੀ ਇਹ, ਕਿੱਥੇ ਚੜਿਆ ਸੀ? ਇਹ ਦੁਗਰੀ ਥਾਣੇ ਦਾ ਏਰੀਆ ਦਾ ਹੈਗਾ। ਤੇ ਇਹਦੀ ਕੋਈ ਕੰਪਲੇਂਟ ਵਗੈਰਾ ਵੀ ਹੈ ਪਹਿਲਾਂ ਕੋਈ? ਨਹੀਂ, ਸਾਡੇ ਕੋਲ ਕੰਪਲੇਂਟ ਹੈ ਨਹੀਂ ਕੋਈ। ਅੱਛਾ, ਤੁਹਾਡੇ ਕਿਉਂਕਿ ਸਾਡਾ ਏਰੀਆ ਹੈ ਨਹੀਂਗਾ। ਓਕੇ, ਹਾਂ, ਸਾਡੇ ਕੋਲ ਕੰਪਲੇਂਟ ਹੈ ਨਹੀਂ ਕੋਈ। ਕਹਿੰਦਾ ਪ੍ਰਾਪਰਟੀ ਵਗੈਰਾ ਦਾ ਰੋਲਾ, ਕਹਿੰਦਾ ਮੁਨਸ਼ੀ ਸਾਹਿਬ ਕੰਪਲੇਂਟ ਨਹੀਂ ਲਿਖਦੇ, ਇਹ ਉਹ ਬੜਾ। ਤੇ ਪਹਿਲਾਂ ਵੀ ਚੜਿਆ ਸੀਗਾ ਮੈਨੂੰ ਲੱਗਦਾ, 10-15 ਦਿਨ ਪਹਿਲਾਂ ਵੀ ਚੜਿਆ ਸੀ ਕਹਿ ਰਿਹਾ। 10-15 ਦਿਨ ਮੇਰੇ ਧਿਆਨ 'ਚ ਤਾਂ ਹੈ ਨਹੀਂ ਜੀ। ਹਾਂ, ਉਦੋਂ ਕਿਹਨੇ ਤਾਰਿਆ ਸੀ? ਉਹਦੇ ਕੋਚਰ ਮਾਰਕੀਟ ਦੀ ਕਹਿ ਰਹੇ ਪੁਲਿਸ ਆਈ ਸੀ। ਮੇਰੇ ਧਿਆਨ 'ਚ ਨਹੀਂ। ਹੁਣ ਜਿਵੇਂ ਉਹ ਆਸ਼ਵਾਸਨ ਦੇ ਕੇ ਉਤਾਰਿਆ ਤੇ ਉਹਦਾ ਕੰਮ ਹੋ ਜਾਏਗਾ? ਹੁਣ ਦੇਖਦੇ ਕੀ ਇਹਦਾ ਹੈਗਾ ਮੈਟਰ, ਕੀ ਹੈ ਮਤਲਬ, ਕੁਛ ਕਰਦੇ ਆ ਕਿਹਦੇ ਨਾਲ ਇਹਦਾ ਹੈਗਾ ਚੱਕਰ, ਦੇਖਦੇ ਆ। ਹੁਣ ਉਤਾਰ ਲਿੱਤਾ ਗਿਆ, ਸੇਫ ਹੈਗਾ? ਬਸ ਮੈਡੀਕਲ ਵਗੈਰਾ ਕਰਾਇਆ ਜਾਊਗਾ? ਹਾਂ, ਦੇਖਦੇ ਆ ਜੀ। ਠੀਕ।